ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਇੱਕ ਵਾਰ ਫਿਰ ਤੋਂ ਸਭਨਾਂ ਨੂੰ ਸਲਾਮ। ਇੱਕ ਵਾਰ ਫਿਰ ਤੋਂ ਇਟ ਇਜ਼ ਰਿਟਨ ਪ੍ਰੋਗਰਾਮ ਵਿੱਚ ਮੈਂ ਤੁਹਾਡਾ ਸਭਨਾਂ ਦਾ ਸਵਾਗਤ ਕਰਦਾ, ਜਿਸ ਵਿੱਚ ਪਾਸਟਰ ਬ੍ਰੈਡ ਸ਼ੋ ਦੇ ਦੁਆਰਾ ਲਿਖੇ ਗਏ ਸੰਦੇਸ਼ਾਂ ਵਿੱਚੋਂ ਅੱਜ ਅਸੀਂ ਅਗਲੇ ਸੰਦੇਸ਼ ਵੱਲ ਆਪਣਾ ਧਿਆਨ ਦਵਾਂਗੇ, ਜਿਹਦਾ ਟਾਈਟਲ ਹੈ ਦ ਸੈਕਿੰਡ ਕਮਿੰਗ ਆਫ ਜੀਸਸ ਕ੍ਰਾਈਸਟ। ਯਿਸੂ ਮਸੀਹ ਦੀ ਦੂਸਰੀ ਆਮਦ, ਦੂਸਰੀ ਵਾਰ ਜੋ ਯਿਸੂ ਮਸੀਹ ਦੇ ਆਉਣ ਦੇ ਬਾਰੇ ਜੋ ਹੈ ਅਸੀਂ ਅੱਜ ਸਿੱਖਾਂਗੇ। ਇਸ ਤੋਂ ਪਹਿਲਾਂ ਕਿ ਅੱਜ ਦੇ ਪਵਿੱਤਰ ਕਲਾਮ ਦੇ ਵਿੱਚ ਜਾਈਏ, ਸਭ ਆਪਣੀਆਂ ਅੱਖਾਂ ਨੂੰ ਬੰਦ ਕਰਾਂਗੇ ਔਰ ਪ੍ਰਾਰਥਨਾ ਦੇ ਵਿੱਚ ਜਾਵਾਂਗੇ। ਸਵਰਗੀ ਪਿਤਾ, ਇੱਕ ਵਾਰ ਫਿਰ ਤੋਂ ਤੁਹਾਡੇ ਕੋਲ ਆਉਂਦੇ ਹਾਂ, ਧੰਨਵਾਦ ਕਰਦੇ ਹਾਂ ਜੋ ਆਪਨੇ ਸਾਨੂੰ ਬੀਤੇ ਸਮੇਂ ਸੰਭਾਲ ਕੇ ਰੱਖਿਆ ਔਰ ਇੱਕ ਵਾਰ ਫਿਰ ਤੋਂ ਮੌਕਾ ਦਿੱਤਾ ਕਿ ਤੁਹਾਨੂੰ ਯਾਦ ਕਰ ਸਕੀਏ। ਔਰ ਪਰਮੇਸ਼ਰ, ਜੋ ਵੀ ਅੱਜ ਦੇ ਵਚਨ ਦੇ ਵਿੱਚੋਂ ਪ੍ਰਭੂ ਯਿਸੂ ਮਸੀਹ ਤੁਹਾਡੀ ਦੂਸਰੀ ਆਮਦ ਬਾਰੇ ਸਿੱਖੀਏ, ਅਸੀਂ ਉਹਨਾਂ ਚੀਜ਼ਾਂ ਵੱਲ, ਉਹਨਾਂ ਗੱਲਾਂ ਵੱਲ ਧਿਆਨ ਦੇਈਏ ਔਰ ਵਾਕੇ ਉਡੀਕਦੇ ਰਹੀਏ ਔਰ ਆਪਣੇ ਆਪ ਨੂੰ ਤਿਆਰ ਕਰੀਏ ਤਾਂ ਕਿ ਜਦ ਵੀ ਤੁਹਾਡਾ ਬੇਟਾ ਖੁਦਾਵੰਦ ਪ੍ਰਭੂ ਯਿਸੂ ਮਸੀਹ ਇਸ ਦੁਨੀਆਂ 'ਤੇ ਆਵੇ, ਅਸੀਂ ਉਹਦੇ ਨਾਲ ਸਵਰਗੀ ਘਰ ਦੇ ਵਿੱਚ ਜਾ ਸਕੀਏ। ਯਿਸੂ ਦੇ ਜਲਾਲੀ ਨਾਮ 'ਚ ਮੰਗਦੇ ਹਾਂ, ਆਮੀਨ। द सैकेंड कमिंग ऑफ जीसस क्राइस्ट, प्रभु यीशु मसीह की दूसरी आमद के बारे असी आज देखांगे। दुनिया के उत्ते असी देखते हैं कि हर रोज सूरज निकलता है और हर रोज सूरज जिहड़ा दूसरे बन्ने टल जाता है। हर साल दे विच असी देखते हैं कि किस तरीके दे नाल असी क्रिसमस त्यौहार जिहड़ा आ उह मनाउने हैं। हर साल जो है असी बर्थडे मनाउने हैं, हर साल जो है मैरिज एनीवर्सरी जिहड़ी आ मनाई जाती है, हर चार साल बाद जो है ओलंपिक्स गेम्स जो है वह होंगे ने। यह चीज़ा वो ने जिहड़ियां एक साल बाद हुंदियां ने, जां दो साल, जां चार साल, जां छे साल, कुछ चीज़ा इहो जिहियां ने जिहड़ियां 13 साल बाद हुंदियां ने, कुछ 17 साल बाद, कुछ 75 साल बाद। लेकिन दुनिया ते कुछ इहो जिहा बहुत जल्द होने वाला है जो एक ही बार होगा और उस तो बाद ਉਹ ਕਦੀ ਵੀ ਨਹੀਂ ਹੋਵੇਗਾ, ਔਰ ਉਹ ਹੈ ਪ੍ਰਭੂ ਯਿਸੂ ਮਸੀਹ ਦੀ ਦੂਸਰੀ ਆਮਦ। ਪ੍ਰਭੂ ਯਿਸੂ ਮਸੀਹ ਦਾ ਦੂਸਰੀ ਵਾਰ ਜੋ ਆਉਣਾ ਆ ਉਹ ਇੱਕ ਹੀ ਵਾਰ ਹੋਵੇਗਾ। ਪ੍ਰਭੂ ਯਿਸੂ ਮਸੀਹ ਪਹਿਲਾਂ ਇੱਕ ਮਨੁੱਖ ਦਾ ਰੂਪ ਧਾਰ ਕੇ ਇਸ ਦੁਨੀਆ 'ਤੇ ਆਏ, ਲੇਕਿਨ ਜਦ ਦੂਸਰੀ ਵਾਰ ਹੁਣ ਉਹ ਆਉਣਗੇ ਉਹ ਇੱਕ ਰਾਜੇ ਦੀ ਤਰ੍ਹਾਂ ਆਉਣਗੇ, ਔਰ ਉਦੋਂ ਉਹ ਲੋਕ ਜੋ ਮਸੀਹ ਦੇ ਵਿੱਚ ਹਨ ਉਹ ਪ੍ਰਭੂ ਯਿਸੂ ਮਸੀਹ ਦੇ ਨਾਲ ਸਵਰਗੀ ਘਰ ਦੇ ਵਿੱਚ ਜਾਣਗੇ, ਔਰ ਜੋ ਲੋਕ ਮਸੀਹ ਦੇ ਵਿੱਚ ਨਹੀਂ ਹਨ ਉਹ ਆਪ ਤੁਸੀਂ ਜਾਣੋ ਕਿ ਖੁਦਾ ਦਾ ਕਲਾਮ ਉਹਨਾਂ ਬਾਰੇ ਕੀ ਦੱਸਦਾ ਆ। ਔਰ ਪ੍ਰਭੂ ਯਿਸੂ ਮਸੀਹ ਦਾ ਉਸ ਤੋਂ ਬਾਅਦ ਜੋ ਆਉਣਾ ਆ ਉਹ ਲੋਕਾਂ ਨੂੰ ਲੈਣ ਵਾਸਤੇ, ਜੋ ਪ੍ਰਭੂ ਯਿਸੂ ਮਸੀਹ ਦੁਬਾਰਾ ਜੋ ਹੈ ਨਹੀਂ ਆਉਣਗੇ। ਹੁਣ ਸਾਡੇ ਕੋਲ, ਤੁਹਾਡੇ ਕੋਲ ਮੌਕਾ ਆ, ਆਈਏ ਜਿਨ੍ਹਾਂ ਦੇ ਕੋਲ ਖੁਦਾ ਦਾ ਕਲਾਮ ਹੈ ਮੇਰੇ ਨਾਲ ਉਹ ਖੋਲਣ। ਯੂਹੰਨਾ ਦੀ ਅੰਜੀਲ ਉਹਦਾ 14 ਬਾਬ ਔਰ ਉਹਦੀ 1 ਤੋਂ ਅਸੀਂ ਪੜਾਂਗੇ। ਇੱਥੇ ਲਿਖਿਆ ਹੈ, ਤੁਹਾਡਾ ਦਿਲ ਨਾ ਘਬਰਾਵੇ, ਪਰਮੇਸ਼ਰ ਉੱਤੇ ਨੇਚਾ ਕਰੋ ਅਤੇ ਮੇਰੇ ਉੱਤੇ ਵੀ ਨੇਚਾ ਕਰੋ। ਅੱਗੇ ਲਿਖਿਆ 2nd ਵਰਸ, ਮੇਰੇ ਪਿਤਾ ਦੇ ਘਰ ਵਿੱਚ ਬਹੁਤ ਸਾਰੇ ਨਿਵਾਸ ਹਨ, ਨਹੀਂ ਤਾਂ ਮੈਂ ਤੁਹਾਨੂੰ ਕਹਿ ਦਿੰਦਾ ਕਹਿੰਦਾ, ਕਿਉਂ ਜੋ ਮੈਂ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਜਾਂਦਾ ਹਾਂ। ਔਰ ਜੇ ਮੈਂ ਜਾ ਕੇ ਤੁਹਾਡੇ ਲਈ ਜਗ੍ਹਾ ਤਿਆਰ ਕਰਾਂ ਤਾਂ ਫਿਰ ਆਣ ਕੇ ਤੁਹਾਨੂੰ ਆਪਣੇ ਕੋਲ ਲੈ ਲਵਾਂਗਾ, ਭਾਈ ਜਿੱਥੇ ਮੈਂ ਹਾਂ ਤੁਸੀਂ ਵੀ ਹੋਵੋ। ਪ੍ਰਭੂ ਯਿਸੂ ਮਸੀਹ ਦੇ ਖੁਦ ਦੇ ਸ਼ਬਦ ਨੇ, ਉਹ ਕਹਿੰਦਾ ਕਿ ਮੈਂ ਜਾਂਦਾ ਹਾਂ ਔਰ ਤੁਹਾਡੇ ਲਈ ਜਗ੍ਹਾ ਤਿਆਰ ਜਿਹੜੀ ਕੀ ਆ ਕਰਦਾ ਹਾਂ, ਔਰ ਜਿੱਥੇ ਮੈਂ ਆ ਉੱਥੇ ਮੈਂ ਦੁਬਾਰਾ ਤੁਹਾਨੂੰ ਵੀ ਆ ਕੇ ਕੀ ਕਰਾਂਗਾ, ਲੈ ਜਾਵਾਂਗਾ। ਪਾਲੂਸ ਰਸੂਲ ਜੋ ਹੈ ਪ੍ਰਭੂ ਯਿਸੂ ਮਸੀਹ ਦੀ ਆਮਦ ਦੇ ਬਾਰੇ ਲਿਖਦਾ ਆ, ਬੁੱਕ ਆਫ ਰੈਵਲੇਸ਼ਨ, ਪ੍ਰਕਾਸ਼ਿਤ ਵਾਕਿਆ ਜੋ ਹੈ ਉਹ ਪ੍ਰਭੂ ਯਿਸੂ ਮਸੀਹ ਦੇ ਬਾਰੇ ਲਿਖਦੀ ਹੈ। ਪ੍ਰਭੂ ਯਿਸੂ ਮਸੀਹ ਜੋ ਹੈ ਖੁਦ ਆਪਣਾ ਇਹ ਦੱਸਦੇ ਨੇ ਕਿ ਉਹ ਕਦੋਂ, ਮਤਲਬ ਬਹੁਤ ਜਲਦ ਜੋ ਹੈ ਦੂਸਰੀ ਵਾਰ ਵੀ ਉਹ ਆਉਣਗੇ। ਅਸੀਂ ਇੱਕ ਐਸੀ ਦੁਨੀਆ ਤੇ ਐਸੀ ਜਗ੍ਹਾ ਤੇ ਰਹਿ ਰਹੇ ਹਾਂ ਜਿੱਥੇ ਹਰ ਦਿਨ ਕੋਈ ਨਾ ਕੋਈ ਹਾਦਸਾ ਹੁੰਦਾ ਰਹਿੰਦਾ ਆ, ਜਿੱਥੇ ਹਰ ਦਿਨ ਕੋਈ ਨਾ ਕੋਈ ਪਰੇਸ਼ਾਨੀ ਜਿਹੜੀ ਆ ਉਹਦਾ ਸਾਹਮਣਾ ਜਿਹੜਾ ਸਾਨੂੰ ਕਰਨਾ ਪੈਂਦਾ ਹੈ, ਜਿੱਥੇ ਅਸੀਂ ਇਨਸਕਿਉਰਿਟੀ ਸਮਝਦੇ, ਜਿੱਥੇ ਕੋਈ ਨਾ ਕੋਈ ਟ੍ਰੈਜਡੀ ਜਿਹੜੀ ਆ ਉਹ ਹੁੰਦੀ ਰਹਿੰਦੀ ਹੈ, ਜਿੱਥੇ ਦੁੱਖ, ਜਿੱਥੇ ਮੁਸੀਬਤਾਂ, ਜਿੱਥੇ ਪਰੇਸ਼ਾਨੀਆਂ, ਜਿੱਥੇ ਚਿੰਤਾਵਾਂ, ਜਿੱਥੇ ਕਲੇਸ਼ ਹਨ। ਐਸੀ ਦੁਨੀਆ ਤੇ ਅਸੀਂ ਰਹਿ ਰਹੇ ਹਾਂ ਜਿੱਥੇ ਮੌਤ ਹੈ, ਐਸੀ ਜਗ੍ਹਾ ਤੇ ਅਸੀਂ ਰਹਿ ਰਹੇ ਹਾਂ, ਲੇਕਿਨ ਖੁਦਾ ਦਾ ਕਲਾਮ ਦੱਸਦਾ ਹੈ, ਬੁੱਕ ਆਫ ਰੈਵਲੇਸ਼ਨ ਚੈਪਟਰ 21 ਵਰਸ 4, ਪ੍ਰਕਾਸ਼ਿਤ ਵਾਕਿਆ 21 ਬਾਬ ਉਹਦੀ 4 ਐਤ ਤੇ ਜਦੋਂ ਅਸੀਂ ਜਾਣੇ ਉੱਥੇ ਲਿਖਿਆ ਹੈ, ਅਤੇ ਉਹ ਉਹਨਾਂ ਦੀਆਂ ਅੱਖਾਂ ਤੋਂ ਹਰੇਕ ਅੰਜੂ ਪੂੰਝੇਗਾ ਅਤੇ ਹੁਣ ਅਗਾਹ ਨੂੰ ਮੌਤ ਨਾ ਹੋਵੇਗੀ, ਨਾ ਅਗਾਹ ਨੂੰ ਸੋਗ, ਨਾ ਰੋਣਾ, ਨਾ ਦੁੱਖ ਹੋਵੇਗਾ। ਖੁਦਾ ਦੇ ਕਲਾਮ ਦੇ ਅਨੁਸਾਰ ਸਾਨੂੰ ਪਤਾ ਚੱਲਦਾ ਹੈ ਕਿ ਇਹ ਚੀਜ਼ਾਂ, ਮੁਸੀਬਤਾਂ, ਪਰੇਸ਼ਾਨੀਆਂ, ਰੋਣਾ, ਦੁੱਖ, ਕਸ਼ਟ, ਕਲੇਸ਼ ਜਿਹੜੇ ਆ ਇਹ ਬਹੁਤ ਜਲਦ ਜੋ ਹੈ ਉਹ ਖਤਮ ਹੋਣ ਜਾ ਰਹੇ ਆ। ਇਹ ਬਹੁਤ ਜਲਦ ਇਸ ਧਰਤੀ ਤੋਂ ਜੋ ਹੈ ਇਹਨਾਂ ਚੀਜ਼ਾਂ ਦਾ ਖਤਮ ਇਹ ਹੋ ਜਾਣਗੀਆਂ ਔਰ ਬਹੁਤ ਜਲਦ ਜੋ ਹੈ ਅਸੀਂ ਪ੍ਰਭੂ ਯਿਸੂ ਮਸੀਹ ਦੇ ਨਾਲ ਸਵਰਗੀ ਘਰ ਦੇ ਵਿੱਚ ਕੀ ਆ ਜਾਵਾਂਗੇ।
और इन्हां चीजां वाले असीं देखदे हां सानूं पता चलदा कि इन्हां चीजां दा बहुत जल्द जो खात्मा होण वाला है। लेकिन सवाल साडे दिमाग दे विच आउंदा आ, एक सवाल जिहदा जवाब असीं चाहुंदे आ और अक्सर असीं देखदे आ, ध्यान दिंदे आ और अक्सर असीं इह गल्लां नूं वेखने कि जदों दे परमेश्वर दे दासां ने खुदा दे पवित्र कलाम नूं लिखिआ है उदों तों उह कह रहे ने कि समां नज़दीक है, प्रभु यीशु मसीह जो है आउण वाला है। अजे तक यीशु मसीह आए नहीं है, प्रभु यीशु मसीह दा आउणा कदों होवेगा, प्रभु यीशु मसीह किस वेले आउणगे, प्रभु यीशु मसीह किहड़े सन दे विच आउणगे और उदों की होवेगा और प्रभु यीशु मसीह दे आउण तों बाद की होवेगा। वाकई ये जिहड़े स्वर्गी घर दे बारे असीं सोचदे आ, सुणदे आ जां वचन दे विच पढ़दे, सब कुछ इस तरह होवेगा जां नहीं होवेगा, इह सवाल अलग अलग तरह दे जिहड़े अक्सर साडे दिमाग दे विच आउंदे ने। खुदा दे कलाम दे विच मत्ती दी अंजील 24 बाप उहदा 36 आयत वल जदों असीं ध्यान देने आ उत्थे लिखिआ, पर उस दिन अते घड़ी नूं कोई नहीं जानदा, ना सुर्ग दे दूत ना प्रभु पर केवल पिता। बाइबल च लिखिआ कोई उस समें नूं उस घड़ी नूं जो है नहीं जानदा। दुनिया ते बहुत सारे लोग ने जिन्हां ने अपने आप नूं इह आख्या कि उह प्रभु यीशु मसीह आ और उह तुहानूं स्वर्ग विच लै के जाणगे, बहुत सारे झूठे मसीह हुण तक आए ने। लेकिन खुदा दा कलाम दसदा आ कि उस घड़ी नूं प्रभु यीशु मसीह दी दूसरी आमद जदों उहने आउणा आ कोई भी जो है उह नहीं जानदा, केवल पिता ही जानदा आ कि उह कदों इस दुनिया ते आउणगे। बेशक असीं उह समां नहीं जानदे, बेशक असीं उह ईयर असीं उह सन नहीं जानदे कि किहड़े साल दे विच प्रभु यीशु मसीह ने आना है, लेकिन यह सच है कि यह जो आखिरी दे निशान है, यह आखिरी दे निशाना वाल जब असीं वेखदे आ तो सानू पता चलता है कि वाकई पवित्र शास्त्र दी पवित्र बाइबल दी जो गल्लां लिखियां होईयां ने वह एक एक गल जिहड़ी आ वह पूरी हो रही आ। इन्हां गल्लां वल वेख के सानू लगता है कि वाकई प्रभु यीशु मसीह ने दस्सिया कि उहदे आउण तों पहलां दे निशान की होणगे और उसे तरह इस दुनिया ते चलदा पिया है। इन्हां निशानां नूं वेख के जदों असीं पढ़दे हां तां सानू पता चलता है कि वाकई प्रभु यीशु मसीह इह आखरी समें जिस समें ते असीं रह रहे हां इहो दिनां दी उह गल करदे होणगे जिथे लिखिआ आ कि आखरी समें दे विच ज्ञान वध जाएगा। इह वचन जो है मैं पहलां वी तुहाडे नाल शेयर कर चुकिआ हां, आखरी समें च झूठे नबी आउणगे, आखरी समें च झूठे मसीह उठणगे, आखरी समें च लड़ाइयां दीआं वाहियां तुसीं सुणोगे, भचाल आउणगे, काल पैणगे। इह सब गल्लां जो है असीं जाणदे हां कि बाइबल दे विच लिखियां और उह सारियां गल्लां हुण हो रहियां ने। दुनिया ते ज्ञान वध जाएगा और वाकई दुनिया ते ज्ञान जिहड़ा आ उह बहुत वध गिआ है। आपनूं पता है इस तों पहलां कि प्रभु यीशु मसीह इजराइली लोकां नूं मिश्र दी गुलामी दे विचों आजाद कराउंदे, इस तों पहलां उत्थों उन्हां नूं आजाद कराउंदे और उस देश उस जगह ते लैके जांदे जिहदे बारे प्रभु यीशु मसीह ने उन्हां नाल वादा कीता सी, उस तों पहलां मिश्र देश जिहड़ा आ प्रभु यीशु मसीह ने खुदावंद ने उन्हां नूं अपने घुटनियां ते लिया दित्ता वी, उह पूरा झुक गए। बाइबल दे विच लिखिआ आ कि उस वेले उह लोक उह जिहड़े फिरौन राजा दे जिहड़े संतरी मंत्री जो उहदे नाल रहिंदे सन ਉਹ ਵੀ ਆਪਣੇ ਗੁੱਟਣਿਆਂ ਤੇ ਆ ਗਏ। ਖੁਦਾ ਦੇ ਕਲਾਮ ਦੇ ਵਿੱਚ ਦੱਸਿਆ ਕਿ ਉਹ ਵੀ ਫਰਾਉਨ ਦੇ ਕੋਲ ਕਹਿੰਦੇ ਨੇ ਜਾਂਦੇ ਨੇ ਔਰ ਕਹਿੰਦੇ ਨੇ ਕਿ ਇਹਨਾਂ ਲੋਕਾਂ ਨੂੰ ਜਾਣ ਦਿਓ ਕਿਉਂਕਿ ਇਹਨਾਂ ਦੇ ਕਾਰਨ ਸਾਡੇ ਦੇਸ਼ ਦੇ ਨਾਲ ਕੀ ਆ, ਕੀ ਕੁਛ ਸਾਡੇ ਦੇਸ਼ ਦੇ ਨਾਲ ਹੋਇਆ। ਉਹ ਪੂਰਾ ਦੇਸ਼, ਉਹ ਪੂਰਾ ਸ਼ਹਿਰ ਮਿਸ਼ਰ ਦੇਸ਼ ਜਿਹੜਾ ਆ ਉਹ ਗੁੱਟਣਿਆਂ ਤੇ ਆ ਗਿਆ। ਔਰ ਅੱਜ ਵੀ ਅਸੀਂ ਦੇਖਦੇ ਹਾਂ ਕਿ ਬਾਈਬਲ ਦੇ ਵਿੱਚ ਕੋਵਿਡ-19 ਦੇ ਕਾਰਨ ਕਿਸ ਤਰ੍ਹਾਂ ਪੂਰੀ ਦੁਨੀਆ ਜਿਹੜੀ ਆ ਆਪਣੇ ਗੁੱਟਣਿਆਂ ਤੇ ਆ ਗਈ ਆ। ਡਾਕਟਰ ਸਾਇੰਟਿਸਟ ਜੋ ਨੇ ਉਹ ਅਲੱਗ ਅਲੱਗ ਤਰੀਕੇ ਦੇ ਨਾਲ ਇਹਦੀ ਖੋਜ ਕਰਦੇ ਪਏ ਨੇ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਦਾ ਵੈਕਸੀਨ ਜਿਹੜਾ ਉਹ ਮਿਲ ਜਾਵੇ। ਲੇਕਿਨ ਅਸੀਂ ਦੇਖ ਪਾ ਰਹੇ ਹਾਂ ਕਿ ਅਜੇ ਤੱਕ ਜੋ ਹੈ ਸਾਨੂੰ ਇਹੋ ਜਿਹੀ ਕੋਈ ਵੀ ਖੁਸ਼ਖਬਰੀ ਜਿਹੜੀ ਅਜੇ ਤੱਕ ਨਹੀਂ ਪਤਾ ਚੱਲੀ ਕਿ ਵਾਕਈ ਸਾਨੂੰ ਹੁਣ ਡਰਨ ਦੀ ਘਬਰਾਉਣ ਦੀ ਕੋਈ ਵੀ ਜ਼ਰੂਰਤ ਨਹੀਂ ਹੈ। ਬਸ ਉਹ ਲੋਕ ਆਪਣੇ ਆਪ ਤੇ ਬੜੇ ਮਜ਼ਬੂਤ ਨੇ ਔਰ ਖੁਸ਼ ਨੇ ਇਸ ਸਮੇਂ ਦੇ ਵਿੱਚ ਵੀ ਜੋ ਮਸੀਹ ਤੇ ਵਿਸ਼ਵਾਸ ਕਰਦੇ ਨੇ, ਕਿਉਂਕਿ ਉਹ ਜਾਣਦੇ ਨੇ ਕਿ ਉਹ ਯਿਸੂ ਦੇ ਲਹੂ ਦੇ ਨਾਲ ਤੁਲੇ ਹੋਏ ਨੇ ਔਰ ਯਿਸੂ ਨੇ ਉਹਨਾਂ ਨੂੰ ਆਪਣੇ ਪਵਿੱਤਰ ਲਹੂ ਦੇ ਨਾਲ ਸ਼ੁੱਧ ਕੀਤਾ ਹੋਇਆ ਹੈ ਔਰ ਇਹ ਦੁਨੀਆ ਦੀਆਂ ਬਿਮਾਰੀਆਂ ਉਹਨਾਂ ਦਾ ਕੁਝ ਵੀ ਵਿਗਾੜ ਨਹੀਂ ਸਕਦੀਆਂ। ਇਸ ਤੋਂ ਪਹਿਲਾਂ ਕਿ ਪ੍ਰਭੂ ਯਿਸੂ ਮਸੀਹ ਇਸਰਾਇਲੀ ਲੋਕਾਂ ਨੂੰ ਆਜ਼ਾਦ ਕਰਾਉਂਦੇ ਮਿਸ਼ਰ ਗੁੱਟਣਿਆਂ ਤੇ ਆ ਗਿਆ ਔਰ ਅੱਜ ਪੂਰੀ ਦੁਨੀਆ ਵੀ ਗੁੱਟਣਿਆਂ ਤੇ ਆਈ ਹੋਈ ਹੈ। ਇਹਦਾ ਮਤਲਬ ਇਹ ਹੈ ਕਿ ਬਹੁਤ ਜਲਦ ਅਸੀਂ ਇਸ ਧਰਤੀ ਤੋਂ ਆਜ਼ਾਦ ਹੋਣ ਵਾਲੇ ਹਾਂ, ਬਹੁਤ ਜਲਦ ਪ੍ਰਭੂ ਯਿਸੂ ਮਸੀਹ ਆਉਣ ਵਾਲੇ ਨੇ ਔਰ ਬਹੁਤ ਜਲਦ ਜੋ ਹੈ ਅਸੀਂ ਸਵਰਗ ਦੇ ਵਿੱਚ ਜਾਣ ਵਾਲੇ ਹਾਂ। ਹੁਣ ਇਸ ਸਮੇਂ ਦੇ ਵਿੱਚ ਕੋਵਿਡ-19 ਦੇ ਦੌਰਾਨ ਅਸੀਂ ਦੇਖਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਸਾਈਕਲੋਨ ਜੋ ਨੇ ਉਹ ਕਿਸ ਤਰ੍ਹਾਂ ਆ ਰਹੇ ਨੇ, ਉੜੀਸਾ ਦੇ ਵਿੱਚ, ਕਲਕੱਤਾ ਦੇ ਵਿੱਚ ਕਿਸ ਤਰੀਕੇ ਦੇ ਨਾਲ ਹਜ਼ਾਰਾਂ ਰੁਪਇਆਂ ਦਾ ਜੋ ਨੁਕਸਾਨ ਹੋ ਰਿਹਾ ਹੈ ਔਰ ਕਈ ਜਾਨਾਂ ਲੋਕਾਂ ਦੀ ਜਾਨ ਜਿਹੜੀ ਜਾ ਰਹੀ ਹੈ, ਕਈ ਲੋਕ ਨੇ ਜਿਹੜੇ ਇਹ ਇਸ ਚੀਜ਼ ਦਾ ਜੋ ਸਾਹਮਣਾ ਕਰ ਰਹੇ ਨੇ, ਪਤਾ ਚੱਲਦਾ ਕਿ ਵਾਕਈ ਅਸੀਂ ਆਖਰੀ ਸਮੇਂ ਤੇ ਆ ਗਏ ਹਾਂ
और सानू अपने आप नू तैयार करने की जरूरत है क्योंकि यीशु मसीह जो ने वो जल्द आने वाले ने। कुछ लोगों का मनना है, कुछ लोग कहते हैं कि प्रभु यीशु मसीह का जिहड़ा आना आ वो शायद कुछ सोचते होंगे कि जिस तरह आप अज गल करते हैं कि असं यीशु नू ग्रहण करते हैं अपना उदारकर्ता मानते हैं साढ़े अंदर आता साढ़े दिल के विच आता है, पर यह खुदा दे वो गल असी जो मसीह नू मानते हैं उदों असी इस गल वल ध्यान देने। लेकिन यह याद रखियो कि जिहड़ा प्रभु यीशु मसीह की सैकेंड कमिंग बारे लिखा इस दुनिया के बारे वो लिटरल होगी। कुछ लोगों का कहना है कि वह एक रैप्चर होगा कि जिस तरह कुछ लोग जो मसीह विच ने चोरी छुपके दे नाल उठाए जाएंगे और स्वर्ग में चले जाएंगे और जिहड़े पापी इत्थे रह जाएंगे। बाइबल दे विच इस तरीके दे नाल इन्हां चीज़ां दा बयान नहीं असीं पढ़दे। बिल जरूर सानूं आइडिया एक मिलता जितों जिस चीज़ वाल वेख के लोग जिहड़े इस चीज़ नूं कहिंदे ने कि यीशु मसीह दा जो आना आ वो एक सीक्रेट तरीके दे नाल होएगा और उहदे जिहड़े लोग ने वह रैप्चर हो जाएंगे वो मसीह दे नाल उठाए जाएंगे और बाकी जो है इस दुनिया 'ते रह जाएंगे। लेकिन खुदा दा कलाम बयान करदा आ प्रभु यीशु मसीह दा आना लिटरल होवेगा। प्रभु यीशु मसीह जदों आउणगे उस हर एक अख वेखेगी, आवाज़ भी सुनाई देगी और लोग भी जो है वह वेखणगे। जिन्हां दे कोल बाइबल है रसूलां दे कर्तव्य बुक ऑफ एक्ट्स चैप्टर 1 और वर्सेस 9-11 रसूलां दे कर्तव्य एक बाप दी 9-11 तक जदों असीं पढ़दे उत्थे लिखिआ है और जां वह एक गल्लां कह हटिया तां उन्होंने वेखदिआं वेखदिआं वह उतां उठा लिया गया अते बदली ने उसनू उन्हां दी नज़रों ओले कर दिता और उस दे जांदिआं होइआ जां वह आकाश दी वल तक रहे सन वेखो दो जाने चिट्टा पहरावा पहनी उन्हां दे कोल खलोते सन। 11वीं आयत विच लिखिआ अते वह आखण लगे हे गलीली पुरखो, जो दो जाने जो चिट्टा पहरावा जिन्हां पहने होइआ सी अते वह आखण लगे हे गलीली पुरखो तुसीं क्यों खड़े आकाश दी वल वेखदे हो, ये प्रभु ये यीशु जिहड़ा तुहाडे कोलों आकाश उपर उठा लिया गया उसे तरह आवेगा जिस तरह तुसां उस नूं आकाश उत्ते जांदे वेख्या। खुदा दे कलाम तो पता चलता है दूत जो ने वह कह रहे ने कि जिस तरह प्रभु यीशु मसीह नूं तुसीं आकाश ते जांदिआं वेख्या उसे तरह तुसीं प्रभु यीशु मसीह नूं फिर दोबारा आउंदिआं भी वेखोगे। तो यदा मतलब यह नहीं है कि प्रभु यीशु मसीह चोरी छुपके आएंगे और कुछ लोगों को उठा के ले जाएंगे और कुछ लोग रह जाएंगे। कहने का मतलब कि जिस तरह यीशु मसीह इस धरती तो गए उसे तरह वो एक राजे की तरह जो है दूसरी बार जो है इस दुनिया से आएंगे। और फिर अगे प्रकाशित वाक्य बुक ऑफ रेवलेशन चैप्टर 1:7 उत्थे लिखा है वेखो वह बदलों के नाल आता है अते हरेक अख उस नूं वेखेगी नाले जिन्ना उस नूं विन्या सी वह भी वेखणगे अते धरती दियां सारियां कौमां उस दे लई पिटणगियां। हाँ आमीन। प्रकाशित वाक्य 1:7 है वचन च लिखा है कि हर एक अख जो है उन्हूं वेखेगी, तो पता चलता है कि वाकई हर एक अख उन्हूं वेखेगी। मत्ती 24:27 लिखा क्योंकि जिस तरह बिजली चढ़दे हो चमकारा मार के लेंदे तीकर दिसदी है उसे तरह मनुख दे पुत्र दा आउणा होवेगा। ये चीज़ों तो सानू पता चलता है कि वाकई जो प्रभु यीशु मसीह की दूसरी आमद है वो सिर्फ एक चोरी छुपे नहीं होगी बल्कि हर एक अख वेखेगी और हर एक कान जो है आवाज भी उसकी सुनगे। पहला थसलोनीकियों 4:16 जो असीं जाने हाँ उस जगह से सानू पता चलता है वचन च लिखा कि तुरी फूकी जाएगी जो प्रभु यीशु मसीह इस धरती से आएंगे वो हजारा लखा स्वर्गी दूतों के नाल आएंगे और तुरी फूकी जाएगी। जितों पता चलता है कि प्रभु यीशु मसीह एक गुप्त तरीके दे नाल नहीं आएंगे, हर एक अख वेखेगी भी और हर एक कान जो है वह आवाज भी किया सुनेगा। दाऊद लिखता है अपनी जबूरा की किताब 50:3-5 तक जो असं पढ़ते हैं बुक ऑफ साम चैप्टर 50:3-5 उ लिखा साडा परमेश्वर आवे अते चुप ना करे अग ओदे अगे अगे भस्म करती है अते ओदे आले दुआले अनेरी जोर नाल वगदी है। फिर 4 आयत दे विच लिखा आकाश नूं ओ तां पुकारदा है अते धरती नूं वी ताई ओ अपनी प्रजा दा न्याय करे। फिर 5 आयत दे विच लिखा मेरे संतां नूं मेरे कोल इकट्ठा करो जिन्हां मेरे नाल बलिदान दे राही नेम बन्या है। वचन दे अनुसार दाऊद भी दसदा आ कि जदों साडा परमेश्वर आवेगा चुप नहीं करेगा, मतलब हर एक अख वेखेगी और हर एक कान जो है उसकी आवाज़ नूं की करेगा सुनेगा। प्रभु यीशु मसीह दा आना
एक लिटरल होवेगा, एक विजिबल होवेगा, एक ऑडिबल होवेगा, एक ग्लोरियस होवेगा, एक महिमा दे विच जो है दूसरी बार सानू लैन आएगा। तो फिर असी किस तरह इस गल नू कहांगे कि प्रभु यीशु मसीह जो है जो सीक्रेट रैप्चर ते जो लोग ध्यान देंदे ने कि वह गुप्त तरीके दे नाल आवेगा और अपने लोगों नू लैके जावेगा। खुदा का कलाम जो है वह साफ बयान करता है। कुछ लोग जो है पहला थसलुनीकिया 5:2 वाल जो तुसीं ध्यान देने आ उहदे वाल देख के असीं इस गल नू वेखदे आ, लेकिन आइए असीं देखदे आ कि उहनां आयतां नू असीं किस तरह समझ सकदे आ। पहला थसलुनीकिया 1 थसलुनीया 5:2 इत्थे लिखिआ, क्यों जो तुसीं आप ठीक तरह जानदे हो भाई प्रभु दा दिन इस तरह आवेगा जिस तरह रात नू चोर। लिखिआ कि तुसीं आप जानदे हो कि प्रभु यीशु मसीह जो है एक चोर वांग आएगा। कि इस तरह बाइबल दे विच लिखिआ है, इत्थे आयत दे विच लिखिआ है क्यों जो तुसीं आप ठीक तरह जानदे हो भाई प्रभु दा दिन इस तरह आएगा जिस तरह रात नू चोर। इत्थे इह नहीं लिखिआ कि प्रभु यीशु मसीह एक चोर दी तरह आएगा, इत्थे लिखिआ कि वह दिन जिहड़ा आ एक इस तरह आएगा जदों असीं एक्सपैक्ट भी नहीं करदे, जदों असीं इस गल वल ध्यान नहीं देंदे कि वह आएगा तो अचानक आ जाएगा। इत्थे प्रभु यीशु मसीह बारे नहीं लिखिआ कि वह चोर दी तरह आएगा। फिर 2 पीटर 3:10 दूसरा पत्रस 3:10 जदों असीं पढ़दे उत्थे लिखिआ परंतु प्रभु दा दिन चोर वांगू आएगा। इत्थे भी यह नहीं लिखिआ कि प्रभु यीशु मसीह चोर वांगू आएगा, इत्थे लिखिआ कि वह दिन जिहड़ा आ वह चोर वांग आएगा। कहने का मतलब कि वह दिन इस तरह अचानक आ जाएगा जिदा सानू जिदा कदी असी जिदे बारे सोचिया भी नहीं होएगा, जिदा सानू पता भी नहीं होएगा, जिदा जिदे जो असी कदी ध्यान भी नहीं दिता होएगा, इस तरीके दे नाल जो वह परमेश्वर का दिन है आएगा और जिदे विच प्रभु यीशु मसीह आप आएगा और अपने लोगों नू जो उहदे वचन दे अनुसार चले ने उन्हां नू अपने नाल उस स्वर्गी घर दे विच लैके जाएगा। जिन्हां दे कोल बाइबल है मेरे नाल कढ़न बुक ऑफ मैथ्यू चैप्टर 24 और 36-42 तक असीं देखांगे। मत्ती दी अंजील 24:36-42 तक असीं देखांगे जिथे लिखिआ पर उस दिन अते घड़ी नूं कोई नहीं जानदा ना सुर्ग दे दूत ना पुत्र पर केवल उस घड़ी नूं कोई भी जो है वह नहीं जानदा। 37 विच लिखिआ है पर जिस तरह नूह दे दिन सन मनुख दे पुत्र दा आउणा उस तरह होवेगा। जिस तरह नूह दे दिनां विच होया उस तरह जो है मनुख दे पुत्र दा भी आना होगा। 120 साल तक नूह जिहड़ा आ वह लोगों नू प्रचार करता रहा, वह लोगों नू दसदा रहा कि किस तरीके दे नाल तुसी बुराई दे विच पए होए हो, किस तरीके दे नाल तुसी दिन प्रतिदिन पाप दे विच वधदे जा रहे हो और उन्हां नू उन्हां दे पापां तों वापस मुड़न लई वह बार बार उन्हां दे विच प्रचार करता रहा, लेकिन किसी ने भी उहदी गल दे वल ध्यान नहीं दिता। आ दिनां दे विच भी परमेश्वर दे लोग जो है वह प्रचार कर रहे हैं, लोगों को दस रहे, लोगों को सिखा रहे कि तौबा करो क्योंकि स्वर्ग का राज जो है नज़दीक है, लेकिन आज भी लोग जिहड़े आ ओ खुदा दे कलाम वाल अपना ध्यान जो है नहीं लगा रहे। वचन दे विच लिखिया उस वेले भी इस तरह खुदा दे कलाम दे अनुसार पता चलता कि उस वेले भी नूह दे दिनां विच भी इस तरह होया। 38 विच लिखिया क्योंकि जिस तरह परलो दे अगे दे दिनां विच लोग खांदे पींदे विआह करदे अते करांदे सन उस दिन तिकर कि नूह कश्ती उत्ते चढ़िया। उस वेले की लिखिया कि लोग खांदे पींदे विआह जो है करदे सन, लोग कहण दा मतलब कि बुराई दे विच इन्ना ज़्यादा वध गए सन कि उन्होंने बिल्कुल भी परमेश्वर दे वल खुदा दे वल ध्यान नहीं दिता, उन्होंने नूह दे प्रचार वल भी जो है बिल्कुल ध्यान नहीं दिता और वह अपनी मस्ती दे विच लगे हुए सन। अज भी लोग इसे तरह ही हैं, बिल्कुल खुदा दे कलाम दे वल ध्यान नहीं दे रहे, लेकिन मैं बार बार तुहानूं दसदा पिया हां खुदा दा कलाम दसदा है कि समा नज़दीक है, बहुत जल्द है और बहुत जल्द असीं इस दुनिया तों प्रभु यीशु मसीह दे नाल स्वर्गी घर दे विच जाण वाले हैं। 39 दे विच लिखिआ अते उह नहीं जाणदे सन जद ताईं परलो ना आई अते सभनां नूं रुड़ा के लै ना गई। इसे तरह मनुख दे पुत्तर दा आउणा होवेगा। जद तक परलो नहीं आई उहनां नूं पता नहीं चलिया और जदों आई उहनां नूं रोड़ के की है लै गई। उस जगह ते जदों असीं वेखने आ उत्थे कोई तरीक नहीं दसी हुई सी, भी उत्थे कोई डेट नहीं उहने दसी हुई सी कि इस दिन उह आउण वाली है। वचन दे विच लिखिआ कि उहने प्रचार कीता और लोग जिहड़े उहनां बिल्कुल भी ध्यान नहीं कीता और अचानक वह परलो आई, बारिश हुई और जदों इन्ना ज़्यादा पानी होया तो उन्हां नूं वाकई उन्हां नूं वह बारिश जो है वह बारिश का पानी जो है रोड़ के लै गया और सब खत्म हो गए। परमेश्वर का कलाम अज भी लोगों को दसिया जा रहा है लेकिन लोग जो है अज भी ध्यान नहीं करते पे।
याद रखो कि असीं आखरी समय ते हाँ। अज ही साडे कोल समां है, असीं अजे भी अपने आप नूं प्रभु यीशु मसीह दे हवाले जो है कर दिए, ताकि जब भी वह दूसरी बार आवे तो सानूं अपने नाल स्वर्गीय घर दे विच लै सके। इत्थे 40 आयत दे विच देखांगे इत्थे लिखिआ, तां दो जाने खेत विच होणगे, एक लै लिया जाएगा अते एक छड्डिया जाएगा। इस गल नूं देख के लोग अक्सर ये कहिंदे ने कि प्रभु यीशु मसीह जदों आवे आउणगे ओ लोग जो मसीह दे विच हन ओ चोरी दे नाल ओ छुपके दे नाल उहनां नूं प्रभु यीशु मसीह उठा लवेगा, और जो दूसरे ने ओ धरती ते रह जाणगे। ते फिर जदों असीं अगे अगली आयत देखते उहदे लिखिआ, दो तीवियां चक्की पींदियां होणगीआं, एक लै लई जाएगी अते एक छड्डी जाएगी। ये एक आइडिया जो बाइबल दे विच 24 अध्याय उहदी 41-42 आयत दे विच जो मिलदा आ, लोग इस 40-41 आयत दे विच मिलदा, इस चीज़ वल ध्यान देते हो, कहिंदे कि लोग जो एक सीक्रेट रैप्चर होगा, प्रभु यीशु मसीह आउणगे और अपने लोगों नूं लै जाणगे और बाकी धरती ते रह जाणगे। जदों इस चीज़ नूं असीं पढ़ते हाँ तां इहदा उपरों जदों असीं हुणे 36 आयत तों पढ़दे आ रहे हां, पता चलदा इह पता सानूं इत्थों चलदा आ कि प्रभु यीशु मसीह दा जो आउणा है ओह गुप्त तरीके दे नाल नहीं होवेगा। नूह दे वेले भी दो तरह के लोग सी, दो ग्रुप सी उस वेले, एक ओह जिहड़े धर्मी लोग ने, एक ओह जिहड़े कधर्मी लोग ने। और जदों ओह परलो आई तां जो धर्मी लोग ने ओह सब किश्ती दे कारण किश्ती दे विच जो चले गए ओह बचाए गए, नूह अते उहदा परिवार, और जिहड़े कधर्मी जो पापी लोग ने ओह सब जो है उस परलो दे विच उस बाढ़ दे विच उस पानी दे विच ओह सारे खत्म हो गए। ਤਾਂ ਆਖਰੀ ਸਮੇਂ ਤੇ ਵੀ ਖੁਦਾ ਦਾ ਕਲਾਮ ਬਿਆਨ ਕਰਦਾ ਹੈ ਕਿ ਦੋ ਗਰੁੱਪ ਹੋਣਗੇ, ਇੱਕ ਉਹ ਗਰੁੱਪ ਜੋ ਧਰਮੀ ਜੋ ਜਿਨ੍ਹਾਂ ਨੇ ਪ੍ਰਭੂ ਯਿਸੂ ਮਸੀਹ ਨੂੰ ਸਵੀਕਾਰ ਕੀਤਾ, ਔਰ ਇੱਕ ਉਹ ਗਰੁੱਪ ਜਿਨ੍ਹਾਂ ਨੇ ਸ਼ੁਰੂ ਤੋਂ ਲੈ ਕੇ ਆਖਰ ਤੱਕ ਪਵਿੱਤਰ ਆਤਮਾ ਨੂੰ ਪ੍ਰਭੂ ਯਿਸੂ ਮਸੀਹ ਨੂੰ ਠੁਕਰਾਉਂਦੇ ਆਏ, ਜਿਨ੍ਹਾਂ ਨੇ ਬਿਲਕੁਲ ਵੀ ਖੁਦਾ ਦੇ ਕਲਾਮ ਦੇ ਵੱਲ ਧਿਆਨ ਨਹੀਂ ਦਿੱਤਾ। ਇੱਥੇ ਦੱਸਣ ਦਾ ਮਤਲਬ ਕਿ ਆਖਰ ਦੇ ਵਿੱਚ ਦੋ ਤਰ੍ਹਾਂ ਦੇ ਗਰੁੱਪ ਹੋਣਗੇ, ਇੱਕ ਧਰਮੀ ਲੋਕਾਂ ਦਾ ਪਵਿੱਤਰ ਲੋਕ ਜਿਹੜੇ ਸਵਰਗ ਵਿੱਚ ਜਾਣਗੇ, ਔਰ ਇੱਕ ਧਰਮੀ ਲੋਕ ਜਿਹੜੇ ਜਿਨ੍ਹਾਂ ਨੇ ਬਿਲਕੁਲ ਕਦੀ ਪਰਮੇਸ਼ਰ ਦੇ ਕਲਾਮ ਦੇ ਵੱਲ ਜੋ ਹੈ ਧਿਆਨ ਨਹੀਂ ਦਿੱਤਾ। ਬਾਈਬਲ ਦੇ ਵਿੱਚ ਵੀ ਸਾਨੂੰ ਪਤਾ ਚੱਲਦਾ ਜਦੋਂ ਅਸੀਂ ਪ੍ਰਕਾਸ਼ਿਤ ਵਾਕਿਆ ਪੜ੍ਹਦੇ ਹਾਂ ਖੁਦਾ ਦੇ ਕਲਾਮ ਦੇ ਵਿੱਚ, 22 ਬਾਬ ਉਹਦੀ 11-12 ਐਤ ਪੜ੍ਹਦੇ, ਉੱਤੇ ਲਿਖਿਆ ਹੈ, ਜਿਹੜਾ ਕਧਰਮੀ ਉਹ ਅਗਾਂਹ ਨੂੰ ਕੁਧਰਮ ਕਰੀ ਜਾਏ, ਅਤੇ ਜਿਹੜਾ ਪਲੀਤ ਹੈ ਉਹ ਅਗਾਂਹ ਨੂੰ ਪਲੀਤ ਹੋਈ ਜਾਏ, ਅਤੇ ਜਿਹੜਾ ਧਰਮੀ ਹੈ ਉਹ ਅਗਾਂਹ ਨੂੰ ਧਰਮ ਕਰੀ ਜਾਏ, ਅਤੇ ਜਿਹੜਾ ਪਵਿੱਤਰ ਹੈ ਉਹ ਅਗਾਂਹ ਨੂੰ ਪਵਿੱਤਰ ਹੋਈ ਜਾਵੇ। ਤੇ ਲਿਖਿਆ ਦੋ ਤਰ੍ਹਾਂ ਦੇ ਲੋਕਾਂ ਦੇ ਬਾਰੇ ਲਿਖਿਆ, ਇੱਕ ਧਰਮੀ ਲੋਕ, ਇੱਕ ਕਧਰਮੀ ਲੋਕ। ਲਿਖਿਆ ਜਿਹੜਾ ਧਰਮੀ ਹੈ ਉਹ ਅਗਾਂਹ ਨੂੰ ਧਰਮੀ ਰਹੇਗਾ, ਜਿਹੜਾ ਕਧਰਮੀ ਉਹ ਅਗਾਂਹ ਨੂੰ ਕਧਰਮੀ ਰਹੇਗਾ। ਕਹਿਣ ਦਾ ਮਤਲਬ ਕਿ ਯਿਸੂ ਮਸੀਹ ਦੇ ਆਉਣ ਤੋਂ ਪਹਿਲਾਂ ਦੋ ਤਰ੍ਹਾਂ ਦੇ ਲੋਕ, ਧਰਮੀ ਔਰ ਕਧਰਮੀ ਪਾਏ ਜਾਣਗੇ, ਔਰ ਜਦੋਂ ਯਿਸੂ ਮਸੀਹ ਇਸ ਦੁਨੀਆ ਤੇ ਆਉਣਗੇ, ਜਿਹੜਾ ਧਰਮੀ ਆ ਉਹ ਅਗਾਂਹ ਨੂੰ ਕਧਰਮੀ ਨਹੀਂ ਬਣ ਸਕਦਾ, ਔਰ ਜੋ ਕਧਰਮੀ ਉਹ ਅਗਾਂਹ ਨੂੰ ਧਰਮੀ ਨਹੀਂ ਬਣ ਸਕਦਾ। ਮਤਲਬ ਜਿਹਨੇ ਆਪਣੀ ਜ਼ਿੰਦਗੀ ਪਾਪ 'ਚ ਬਿਤਾਈ ਆ ਉਹ ਉਸ ਵੇਲੇ ਇਹ ਨਹੀਂ ਕਹਿ ਸਕਦਾ ਕਿ ਮੈਂ ਹੁਣ ਤੌਬਾ ਕਰ ਲਾਂ, ਔਰ ਜਿਹਨੇ ਤੌਬਾ ਕੀਤੀ ਹੈ, ਜਿਹਨੇ ਮਸੀਹ ਨੂੰ ਸਵੀਕਾਰ ਕੀਤਾ ਉਹ ਗਾਂਹ ਨੂੰ ਪਾਪ ਨਹੀਂ ਕਰ ਸਕੇਗਾ। ਦੋ ਤਰ੍ਹਾਂ ਦੇ ਲੋਕ ਜਿਹੜੇ ਆ ਆਖਰ ਦੇ ਵਿੱਚ ਖੁਦਾ ਦੇ ਕਲਾਮ ਦੇ ਵਿੱਚ ਲਿਖਿਆ ਹੈ ਕਿ ਹੋਣਗੇ। ਤੁਹਾਡੀ ਸਾਡੀ ਗਿਣਤੀ ਕਿਹਦੇ ਵਿੱਚ ਆ? ਵੀ ਯਿਸੂ ਮਸੀਹ ਬਹੁਤ ਜਲਦ ਆਉਣ ਵਾਲੇ ਆ, ਧਿਆਨ ਰੱਖੀਏ ਤੁਹਾਡੀ ਸਾਡੀ ਜਿਹੜੀ ਗਿਣਤੀ ਆ ਉਹ ਕਿਹਦੇ ਵਿੱਚ ਹੋਈ ਹੈ। ਕੀ ਯਿਸੂ ਮਸੀਹ ਦੀ ਜਿਹੜੀ ਦੂਸਰੀ ਆਮਦ ਆ ਉਹਨੂੰ ਸਾਹਮਣਾ ਕਰਨ ਵਾਸਤੇ ਸਾਡੇ ਚਿਹਰਿਆਂ ਦੇ ਉੱਤੇ ਇਹ ਖੁਸ਼ੀ ਹੋਣੀ ਚਾਹੀਦੀ ਆ ਜਾਂ ਇੱਕ ਡਰ ਹੋਣਾ ਚਾਹੀਦਾ? ਕਿਸ ਤਰੀਕੇ ਦੇ ਨਾਲ ਤੁਸੀਂ ਅਸੀਂ ਉਸ ਦੂਸਰੀ ਆਮਦ ਦਾ ਸਾਹਮਣਾ ਕਰਾਂਗੇ? ਅਗਰ ਤੁਸੀਂ ਖੁਸ਼ੀ ਦੇ ਨਾਲ ਸਾਹਮਣਾ ਕਰਨਾ ਚਾਹੁੰਦੇ ਹੋ ਤਾਂ ਅੱਜ ਸਾਡੇ ਕੋਲ ਸਮਾਂ ਹੈ ਕਿ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਆਪਣਾ ਉਧਾਰ ਕਰਤਾ ਮੰਨ ਲਈਏ, ਕਿਉਂਕਿ ਉਹਦੀ ਦੂਸਰੀ ਆਮਦ ਜਿਹੜੀ ਆ ਉਹ ਬਹੁਤ ਹੀ ਨਜ਼ਦੀਕ ਹੈ। ਪ੍ਰਭੂ ਯਿਸੂ ਮਸੀਹ ਜੋ ਆ ਉਹ ਅੱਜ ਵੀ ਸਾਨੂੰ ਸਾਰਿਆਂ ਨੂੰ ਇਨਵਾਈਟ ਕਰ ਰਿਹਾ, ਸਾਨੂੰ ਸਾਰਿਆਂ ਨੂੰ ਬਾਰ ਬਾਰ ਜੋ ਬੁਲਾ ਰਿਹਾ, ਪੁਕਾਰ ਰਿਹਾ ਔਰ ਕਹਿ ਰਿਹਾ ਕਿ ਹੇ ਬੋਝ ਦੇ ਦੱਬੇ ਦੁੱਖਾਂ ਦੇ ਮਾਰੇ ਪਰੇਸ਼ਾਨ ਲੋਕੋ, ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦੇਵਾਂਗਾ। ਅੱਜ ਵੀ ਖੁਦਾਵੰਦ ਦਾ ਪੁੱਤਰ ਪ੍ਰਭੂ ਯਿਸੂ ਮਸੀਹ ਸਾਨੂੰ ਪੁਕਾਰ ਰਿਹਾ ਹੈ। ਬੁੱਕ ਆਫ ਰੈਵਲੇਸ਼ਨ ਚੈਪਟਰ 22 ਵਰਸ 17 ਪ੍ਰਕਾਸ਼ਿਤ ਵਾਕਿਆ 22 ਦੇ ਉਹਦੀ 17 'ਚ ਲਿਖਿਆ, ਆਤਮਾ ਤੇ ਲਾੜੀ ਆਖਦੀ ਹੈ, ਆਓ, ਜਿਹੜਾ ਸੁਣਦਾ ਹੋਵੇ ਉਹ ਕਹੇ ਆਓ, ਅਤੇ ਜਿਹੜਾ ਤਿਹਾਇਆ ਹੋਵੇ ਉਹ ਆਵੇ, ਜਿਹੜਾ ਚਾਹੇ ਅੰਮ੍ਰਿਤ ਜਲ ਮੁਕਤ ਲਵੇ। ਪ੍ਰਭੂ ਯਿਸੂ ਮਸੀਹ ਜੋ ਹੈ ਸਾਨੂੰ ਸਾਰਿਆਂ ਨੂੰ ਇਸ ਸਮੇਂ ਦੇ ਵਿੱਚ ਇਨਵਾਈਟ ਕਰ ਰਿਹਾ। ਉਹ ਕਹਿ ਰਿਹਾ ਕਿ ਅਗਰ ਕੋਈ ਦੁਖੀ ਹੈ, ਕੋਈ ਪਰੇਸ਼ਾਨ ਹੈ, ਉਹ ਪ੍ਰਭੂ ਯਿਸੂ ਮਸੀਹ ਦੇ ਕੋਲ ਆਵੇ। ਅਗਰ ਕੋਈ ਭੁੱਖਾ ਪਿਆਸਾ ਹੈ, ਉਹ ਯਿਸੂ ਮਸੀਹ ਦੇ ਕੋਲ ਆਵੇ, ਔਰ ਉਹੀ ਮਸੀਹ ਹੈ ਜਿਹੜਾ ਤੁਹਾਨੂੰ ਸਵਰਗ ਦੇ ਵਿੱਚ ਲਿਜਾ ਸਕਦਾ ਹੈ। ਅੱਜ ਵੀ ਸਾਡੇ ਕੋਲ ਸਮਾਂ ਹੈ, ਆਈ ਅਸੀਂ ਆਪਣਾ ਜੀਵਨ ਜੋ ਹੈ ਪ੍ਰਭੂ ਯਿਸੂ ਮਸੀਹ ਦੇ ਹਵਾਲੇ ਕਰ ਦਈਏ। ਇਹ ਆਖਰੀ ਸਮੇਂ ਤੇ ਚੱਲਦੇ ਪਏ ਹਾਂ, ਤਾਂ ਜਿੱਥੋਂ ਸਾਨੂੰ ਪਤਾ ਚੱਲਦਾ ਕਿ ਵਾਕਈ ਪ੍ਰਭੂ ਯਿਸੂ ਮਸੀਹ ਦਾ ਆਉਣਾ ਜਿਹੜਾ ਬਹੁਤ ਹੀ ਜਲਦ ਹੈ, ਸਾਨੂੰ ਆਪਣੇ ਆਪ ਨੂੰ ਤਿਆਰ ਕਰਨ ਦੀ ਜ਼ਰੂਰਤ ਹੈ।
आइए सब मेरे नाल अपनी अखां नूं बंद करन और जिहड़े लोग तैयार ने वह परमेश्वर का धन्नवाद करन और कहन कि वाकई असीं इसे तरह बने रहिए, और जो लोग अजे जिन्हां ने अपने आप नूं तैयार नहीं किया वह मसीह दे अगे दुआ करन और अपने आप नूं प्रभु यीशु मसीह दे हवाले करन। आइए असीं दुआ करांगे। स्वर्गीय पिता एक बार फिर तो तुहाडे कोल आउंदे हां, धन्नवाद करदे हां स्वर्गीय पिता जो आपने सानूं संभाल के रख्या और जो भी अज दा मैसेज तुहाडे लोकां दे नाल मैं सांझा कर रहा है, लोग सुनने वाले ही नहीं और उसते अमल करन, और मैं सुनाने वाला ही नहीं बल्कि मैं खुद भी उसके अनुसार चला, और असी सब लोग जो है इस तुहाडे वचन के अनुसार चल के एक दिन प्रभु यीशु मसीह जब तुहाडे बेटे ने इस दुनिया से उन्होंने नाल असी स्वर्ग के जा सकी। धन्नवाद करते हैं जो वाकई तुहाडे वचन के अनुसार चल रहा है, और जिन्हां लोगों ने अज अपने आप नूं तुहाडे हवाले किया है, अपनी तौबा की है, खुदा तू भी तुहाडे विच बने रहन और ये वचन नज़रअंदाज ना करन भी बल्कि उस वचन के इस वचन के अनुसार चलन। प्रभु यीशु मसीह के नाम च मंगदे हां, आमीन। सबना सलाम, खुदा तुहानू बरकत दे, और मैं चाहुंदा कि इस वीडियो नू, इस प्रचार नू अपने दोस्त अपने रिश्तेदार सबना दे नाल सांझा करना।